ਅਸੀਂ ਪਹੁੰਚੇ ਹਾਂ ਸ੍ਰੀ ਗੁਰਦੁਆਰਾ ਸ੍ਰੀ ਸਿਸਰ ਭੀਖੀ, ਜਿੱਥੇ ਕਿ ਬਾਬਾ ਕਰਮ ਸਿੰਘ ਜੀ ਦੇ ਸੇਵਾ ਦੇ ਵਿੱਚ ਸੰਤ ਬਾਬਾ ਰਣਜੀਤ ਸਿੰਘ ਜੀ ਆਏ ਅਤੇ ਉਹਨਾਂ ਦੇ ਨਾਲ ਹੀ ਉਸ ਸਮੇਂ ਸੇਵਾ ਕਰ ਰਹੇ ਸਨ ਸੰਤ ਬਾਬਾ ਸਤਨਾਮ ਸਿੰਘ ਜੀ। ਅਤੇ ਅਸੀਂ ਉਹਨਾਂ ਤੋਂ ਹੀ ਉਹਨਾਂ ਦੇ ਬਚਪਨ ਅਤੇ ਉਹਨਾਂ ਦੀ ਸਿੱਖਿਆ ਬਾਰੇ ਜਾਣੂ ਹੁੰਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਜੋ ਵੀ ਸੁਖਵਿੰਦਰ ਸਿੰਘ ਨੇ ਸੰਤ ਬਾਬਾ ਰਣਜੀਤ ਸਿੰਘ ਮਹਾਂਪੁਰਸ਼ਾਂ 'ਤੇ ਬੇਬੁਨਿਆਦ ਦੋਸ਼ ਲਾਏ ਹਨ ਉਹ ਬਿਲਕੁਲ ਬੇਬੁਨਿਆਦ ਹਨ। ਸੋ ਇਸ ਤਰ੍ਹਾਂ ਹੀ ਸੰਤ ਬਾਬਾ ਰਣਜੀਤ ਸਿੰਘ ਜੀ, ਸੰਤ ਬਾਬਾ ਕਰਮ ਸਿੰਘ ਜੀ ਮਹਾਰਾਜ ਦੇ ਚਰਨਾਂ ਦੇ ਵਿੱਚ ਸੰਨ 1992-93 ਤੋਂ ਲੈ ਕੇ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਹੀ ਰਹੇ ਹਨ, ਇੱਥੋਂ ਹੀ ਵਿੱਦਿਆ ਪ੍ਰਾਪਤ ਕੀਤੀ ਹੈ। ਅਤੇ ਉਸ ਤੋਂ ਬਾਅਦ 13 ਸਾਲ ਲਗਾਤਾਰ ਹੀ ਸੰਗਤ ਦੀ ਕੀਰਤਨ ਦੁਆਰਾ ਸੇਵਾ ਕੀਤੀ ਅਤੇ ਨਾਮ ਬਾਣੀ ਦੇ ਨਾਲ ਜੋੜਿਆ, ਸੰਗਤਾਂ ਨੂੰ ਅੰਮ੍ਰਿਤ ਛਕਾ ਕੇ ਗੁਰੂ ਦੇ ਲੜ ਲਾਇਆ ਅਤੇ ਕੁਰੀਤਾਂ ਤੋਂ ਬਚਾ ਕੇ ਰਹਿਤਾਂ 'ਤੇ ਚੱਲਣ ਦਾ ਹੀ ਉਪਦੇਸ਼ ਦਿੱਤਾ। ਮੈਂ ਮਹਾਂਪੁਰਖਾਂ ਦੇ ਜੀਵਨ ਬਾਰੇ ਇਹੀ ਕਹਿਣਾ ਚਾਹੂੰਗਾ ਕਿ ਇੰਨੇ ਚਿਰ ਤੋਂ ਮਹਾਂਪੁਰਖਾਂ ਦੇ ਚਰਨਾਂ ਦੇ ਵਿੱਚ ਰਹੇ ਨੇ, ਉਹਨਾਂ 'ਤੇ ਅੱਜ ਤਾਈਂ ਕੋਈ ਵੀ ਕੋਈ ਬੰਦਾ ਉਹਨਾਂ ਨੂੰ ਗਲਤ ਨਹੀਂ ਸਾਬਤ ਕਰ ਸਕਦਾ, ਨਾ ਹੀ ਕੋਈ ਉਂਗਲ ਕਰ ਸਕਦਾ ਹੈ ਉਹਨਾਂ ਬਾਬਤ, ਜਿਨ੍ਹਾਂ ਨੇ ਲੱਖਾਂ ਹੀ ਸੰਗਤਾਂ ਨੂੰ ਅੰਮ੍ਰਿਤ ਛਕਾਇਆ, ਗੁਰੂ ਦੇ ਲੜ ਲਾਇਆ ਅਤੇ ਲੱਖਾਂ ਹੀ ਸੰਗਤਾਂ ਦੇ ਕੇਸਰ ਖਾਏ ਹਨ। ਉਹ ਕਿਸ ਤਰ੍ਹਾਂ ਇਹ ਕਹਿ ਸਕਦੇ ਹਨ ਕਿ ਮੈਂ ਇਹ ਇਸ ਦੇ ਕੇਸ ਕੱਟੇ ਜਾਣ ਜਾਂ ਇਸ ਦਾ ਦਾੜਾ ਕੱਟਿਆ ਜਾਵੇ? ਉਹ ਬਿਲਕੁਲ ਹੀ ਬੇਬੁਨਿਆਦ ਝੂਠ ਹੈ। ਮੈਂ ਤਾਂ ਇਹੀ ਕਹਿਣਾ ਚਾਹੂੰਗਾ ਕਿ ਇਹੋ ਜਿਹੇ ਜੋ ਗੁੰਮਰਾਹ ਕਰ ਰਹੇ ਹਨ ਸੰਗਤਾਂ ਨੂੰ, ਇਹੋ ਜਿਹੇ ਤੋਂ ਸੁਚੇਤ ਰਹਿਣ ਅਤੇ ਮਹਾਂਪੁਰਖਾਂ ਦੇ ਜੋ ਵੀ ਉਪਦੇਸ਼ ਦੇ ਰਹੇ ਹਨ ਸੰਗਤ ਨੂੰ, ਉਸ ਦੇ ਨਾਲ ਜੁੜ ਕੇ ਅਤੇ ਆਪਣਾ ਜੀਵਨ ਸਫਲਾ ਕਰਨ।